ਅਸੀਂ ਬਹੁਤ ਜ਼ਿਆਦਾ ਇੰਜੋਏ ਕਰਦੇ ਗਰਲਸ ਇੱਕ ਵਾਰੀ ਹਿਪ ਹਿਪ ਹੁਰੇ ਹਿਪ ਹਿਪ ਹੁਰੇ पहली नज़र इन्हां तस्वीरां नूं देख इंज लगता है जिवें कोई विआह समागम दे विच भंगड़े पैंदे होण, पर जनाब असल च इह पंजाबी सभ्याचार दीआं तस्वीरां ने। फरीदकोट दे ग्रीन एवन्यू दीआं कुड़ियां अते औरतां वल्लों मिलके तीआं दा त्यौहार मनाया गया है। इस मौके कुड़ियां वल्लों पींगा झूटियां गईआं अते गिद्दे भंगड़े ते बोलियां पाईआं गईआं। तस्वीरां तुसीं देख सकदे हो कि कुड़ियां अते मुटियारां वल्लों बोलियां ते गिद्दे पा के धमाला पाईआं जा रहीआं ने, अते इस दे नाल ही नौजवान पीढ़ी नूं पुरातन सभ्याचार नाल जोड़न दा यतन भी किया गया है। ਅਸੀਂ ਤੀਆਂ ਦਾ ਤਿਉਹਾਰ ਹਰ ਸਾਲ ਮਨਾ ਰਹੇ ਹਾਂ ਜਦੋਂ ਦੀ ਸਾਡੀ ਮਤਲਬ ਗ੍ਰੀਨ ਐਵਨਿਊ ਬਣੀ ਹੈ। ਸਾਡੇ ਇੱਥੇ ਘਰ ਬਹੁਤ ਹੀ ਪਿਆਰੇ ਨੇ ਅਤੇ ਅਸੀਂ ਹਰ ਚਾਰ ਪੰਜ ਸਾਲ ਹੋ ਗਏ ਸਾਨੂੰ ਤੀਆਂ ਦਾ ਤਿਉਹਾਰ ਮਨਾਉਂਦਿਆਂ ਨੂੰ, ਜਿਹਦੇ ਵਿੱਚ ਬੱਚਿਆਂ ਨੂੰ ਪਰਫੋਰਮ ਕਰਨ ਦਾ ਅਤੇ ਸਟੇਜ 'ਤੇ ਆਉਣ ਦਾ ਬਹੁਤ ਵਧੀਆ ਮੌਕਾ ਮਿਲਦਾ। ਛੋਟੇ ਛੋਟੇ ਬੱਚੇ ਆ, ਉਹਨਾਂ ਦੀ ਜੋ ਚੀਜ਼ ਜਿਹੜੀ ਹੈ ਉਹ ਖੁੱਲ੍ਹਦੀ ਹੈ। ਮਤਲਬ ਅੱਜ ਮੇਰਾ ਵੀ ਬੇਟਾ ਇੱਥੇ ਆ ਕੇ ਪਰਫੋਰਮ ਕੀਤਾ, ਉਹਨੇ ਉਹਨੂੰ ਬਹੁਤ ਵਧੀਆ ਮਹਿਸੂਸ ਹੋਇਆ। ਹੋਰ ਵੀ ਛੋਟੇ ਬੱਚੇ ਆ, ਉਸ ਤੋਂ ਵੀ ਛੋਟੇ, ਬਹੁਤ ਇੰਜੋਏ ਕਰਦੇ। ਸਾਰੇ ਵੱਡੇ, ਛੋਟੇ, ਬੁੱਢੇ, ਜਵਾਨ ਸਭ ਬਹੁਤ ਸਾਰਾ ਇੰਜੋਏ ਕਰਦੇ ਆ। ਅਤੇ ਅੱਜ ਕੱਲ੍ਹ ਦੀਆਂ ਜਿਹੜੀਆਂ ਬੋਲੀਆਂ ਜਿਵੇਂ ਤੁਸੀਂ ਕਹਿ ਰਹੇ ਸੀ ਚੇਂਜ ਹੋ ਰਹੀਆਂ ਨੇ, ਉਹ ਅੱਜ ਕੱਲ੍ਹ ਫੇਸਬੁੱਕ 'ਤੇ, ਨੈੱਟ 'ਤੇ, ਮਤਲਬ ਉਹ ਕਾਫੀ ਚੇਂਜ ਹੋ ਗਈਆਂ, ਉਹਦੇ ਅਕੋਰਡਿੰਗ ਪੈ ਰਹੀਆਂ ਹੁਣ। ਦੇਖਿਆ ਗਿਆ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਬਦਲ ਰਿਹਾ, ਇਹ ਸਾਡੇ ਪੁਰਾਣੇ ਤਿਆਰ ਬੋਲੀ ਰੀਤੀ ਰਿਵਾਜ ਖਤਮ ਹੁੰਦੇ ਜਾ ਰਹੇ, ਉਹ ਜਿੰਦਾ ਜ਼ਿਆਦਾ ਜਾਗਦਾ ਨਹੀਂ, ਉਹਨੂੰ ਜਿੰਦਾ ਜਾਗਦਾ ਰੱਖਣ ਲਈ ਹੀ ਅਸੀਂ ਹਰ ਸਾਲ ਇਹ ਇੰਨੀ ਮਿਹਨਤ ਕਰਦੇ ਹਾਂ। ਮੇਰੇ ਸਹੇਲੀਆਂ ਨਾਲ, ਜੋ ਮੇਰੇ ਆਂਢ ਗੁਆਂਢ ਸਭ, ਅਸੀਂ ਇਸੇ ਕਰਕੇ ਮਤਲਬ ਮਿਹਨਤ ਕਰਦੇ ਜਿਹੜੇ ਸਾਡੇ ਬੱਚੇ ਆ ਉਹ ਇਸ ਵਿਰਸੇ ਨਾਲ ਜੁੜੇ ਰਹਿਣ ਅਤੇ ਉਹਨਾਂ ਨੂੰ ਪਤਾ ਲੱਗਦਾ ਰਹੇ, ਕਿਉਂਕਿ ਅੱਜ ਕੱਲ੍ਹ ਬੁੱਕਸ ਦੇ ਵਿੱਚ ਵੀ ਇੰਨਾ ਨਹੀਂ, ਉਹਨਾਂ ਨੂੰ ਸਿਲੇਬਸ ਹੈਗਾ ਵੀ ਉਹਨਾਂ ਨੂੰ ਜਿਹੜਾ ਪੁਰਾਣਾ ਵਿਰਸਾ ਉਹ ਪਤਾ ਲੱਗੇ। ਤੀਆਂ ਦਾ ਤਿਉਹਾਰ ਜਿਹੜਾ, ਇਹਨੂੰ ਆਪਾਂ ਇੱਕ ਧੀਆਂ ਨਾਲ ਵੀ ਜੋੜ ਸਕਦੇ ਹਾਂ। ਇਹ ਤੀਆਂ ਦਾ ਤਿਉਹਾਰ, ਇਹਦੇ ਵਿੱਚ ਔਰਤਾਂ ਦੇ ਨਾਲ ਇਹ ਜੁੜਿਆ ਹੁੰਦਾ ਤਿਉਹਾਰ। ਇਸ ਦੇ ਵਿੱਚ ਔਰਤਾਂ ਹੀ ਜਿਹੜੀਆਂ ਮੇਨ ਰੋਲ ਅਦਾ ਕਰਦੀਆਂ। ਕੀ ਸੀ ਪਹਿਲਾਂ ਭਾਵ ਸਾਹਮਣੇ ਆਉਂਦੇ ਆ? ਹਾਂਜੀ, ਵੀ ਆਪਣੀ ਖੁਸ਼ੀਆਂ ਜ਼ਾਹਿਰ ਕਰਦੀਆਂ ਉਹਨਾਂ ਨੂੰ ਕੰਮਾਂ ਕਾਰਾਂ ਤੋਂ, ਜਿਵੇਂ ਕਿ ਅੱਜ ਦੇਖਦੇ ਹਾਂਗੇ ਕਿ ਆਪਾਂ ਨੂੰ ਇੰਨੇ ਜ਼ਿਆਦਾ ਕੰਮਾਂ ਕਾਰਾਂ 'ਚ ਬਿਜ਼ੀ ਹੋ ਗਏ ਹਾਂ ਕਿ ਮੈਂ ਇਹਨਾਂ ਚੀਜ਼ਾਂ ਤੋਂ ਪਿਛੜਦੇ ਜਾ ਰਹੇ ਹਾਂ, ਤਾਂ ਔਰਤਾਂ ਵੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਦੇ ਹਾਵ ਭਾਵ ਵੀ ਕੱਢਦੀਆਂ ਇੱਥੇ, ਅਤੇ ਚਲੋ ਸਾਰੀਆਂ ਰਲ ਮਿਲ ਕੇ ਇਹਨਾਂ ਨਾਲ ਆਪਣਾ ਮੇਲ ਜੋਲ ਵੀ ਵੱਧਦਾ ਕਿ ਹਰ ਇੱਕ ਬੰਦਾ ਆਪਦੇ ਕੰਮ ਕਾਰ ਛੱਡ ਕੇ ਆਉਂਦਾ, ਖੁਸ਼ੀਆਂ ਜ਼ਾਹਿਰ ਕਰਦਾ ਗਾ। ਅਸੀਂ ਪਿਛਲੇ 3-4 ਸਾਲਾਂ ਤੋਂ ਲਗਾਤਾਰ ਤੀਆਂ ਦਾ ਤਿਉਹਾਰ ਇੱਥੇ ਮਨਾ ਰਹੇ ਹਾਂ। ਸਾਡੀਆਂ ਲੇਡੀਜ਼, ਸਾਡੀਆਂ ਸਾਰੀਆਂ ਆਂਟੀ, ਜਿਹੜੇ ਮੇਰੇ ਮੰਮਾ, ਸਾਡੇ ਨੇਬਰ ਸਾਰੇ ਸਾਨੂੰ ਬਹੁਤ ਸਪੋਰਟ ਕਰਦੇ ਆ। ਸਾਨੂੰ ਸਾਡੇ ਪੰਜਾਬੀ ਸੱਭਿਆਚਾਰ ਦੇ ਬਾਰੇ ਬਹੁਤ ਨੌਲੇਜ ਮਿਲਦੀ ਹੈ। ਸਾਨੂੰ ਜਿਵੇਂ ਪਹਿਲਾਂ ਚਰਖਿਆਂ ਦੇ ਬਾਰੇ ਕੋਈ ਨੌਲੇਜ ਨਹੀਂ ਸੀ, ਸਾਨੂੰ ਪਤਾ ਹੀ ਨਹੀਂ ਸੀ ਕਿ ਪੱਖੀਆਂ ਦੀ ਕੀ ਹੁੰਦੀਆਂ ਨੇ, ਕਿਵੇਂ ਦੀਆਂ ਹੁੰਦੀਆਂ ਨੇ। ਇਹਨਾਂ ਨੇ ਸਾਨੂੰ ਸਭ ਚੀਜ਼ ਦੇ ਬਾਰੇ ਨੌਲੇਜ ਦਿੱਤੀ। ਇਹ ਵੀ ਦੱਸਿਆ ਕਿ ਤੀਆਂ ਦੇ ਵਿੱਚ ਪੀਂਘਾਂ ਝੂਟਦੀਆਂ ਨੇ, ਅਤੇ ਪੀਂਘ ਦੇ ਵਿੱਚ ਜਿਹੜੀ ਪਿੱਪਲ ਦੇ ਉੱਤੇ ਪੀਂਘ ਲੱਗਦੀ ਹੈ, ਬੋਰਡ ਦੇ ਉੱਤੇ ਪੀਂਘ ਲੱਗਦੀ ਆ, ਬਹੁਤ ਹੀ ਅਹਿਮਤਾ ਰੱਖਦੀ ਹੈ ਤੀਆਂ ਦੇ ਵਿੱਚ। ਪਰ ਸਾਡੇ ਹੁਣ ਇੱਥੇ ਦਰੱਖਤਾਂ ਦੀ ਬਹੁਤ ਕਮੀ ਹੋ ਰਹੀ ਹੈ, ਜਿਸ ਕਰਕੇ ਅਸੀਂ ਪੀਂਘ ਨਹੀਂ ਇੱਥੇ ਅੱਜ ਲਾ ਸਕੇ, ਉਹਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ। ਅਸੀਂ ਬੋਲਿਆ ਹੁਣ ਜਿਵੇਂ ਅਸੀਂ ਸਾਰੇ ਸੋਸ਼ਲ ਮੀਡੀਆ ਯੂਜ਼ ਹੀ ਕਰਦੇ ਹਾਂ, ਹੁਣ ਜਿਵੇਂ ਅਸੀਂ ਪਿਛਲੇ 2 ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀਗੇ ਕਿ ਹਾਂ ਅਸੀਂ ਤੀਆਂ ਦਾ ਪ੍ਰੋਗਰਾਮ ਕਰੀਏ, ਵਿੱਚ ਕਾਫੀ ਅੜਚਣਾਂ ਵੀ ਆਉਂਦੀਆਂ ਨੇ, ਪਰ ਇਹ ਪ੍ਰੋਗਰਾਮ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਸਫਲ ਹੋ ਗਿਆ ਆ। ਅਤੇ ਉੱਥੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਬੋਲੀਆਂ, ਜਿਵੇਂ ਪਾਲ ਸਿੰਘ ਸਮਾਓ ਜੀ ਜਿਹੜੇ ਕਿ ਸਾਡੇ ਗਿੱਧਾ ਦੇ ਬਹੁਤ ਹੀ ਫੇਮਸ ਕੋਚ ਨੇ, ਉਹਨਾਂ ਦੀਆਂ ਬੋਲੀਆਂ ਨੂੰ ਅਸੀਂ ਬਹੁਤ ਜ਼ਿਆਦਾ ਫੋਲੋ ਕਰਦੇ ਹਾਂ, ਉਹ ਬਹੁਤ ਨਵੀਆਂ ਤੋਂ ਨਵੀਆਂ ਬੋਲੀਆਂ ਸਾਡੇ ਵਿੱਚ ਲੈ ਕੇ ਆਉਂਦੇ ਨੇ। ਅਸੀਂ ਬਹੁਤ ਜ਼ਿਆਦਾ ਇੰਜੋਏ ਕਰਦੇ ਗਰਲਸ ਇੱਕ ਵਾਰੀ ਹਿਪ ਹਿਪ ਹੁਰੇ। ਸੋ ਸਾਡੀ ਨੌਜਵਾਨ ਪੀੜ੍ਹੀ ਆਪਣਾ ਪੰਜਾਬੀ ਸੱਭਿਆਚਾਰ ਭੁੱਲ ਕੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੀ ਹੈ, ਇਸ ਕਾਰਨ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਨੂੰ ਢਾਹ ਲੱਗੀ ਹੈ। ਸੋ ਇਹਨਾਂ ਕੁੜੀਆਂ ਅਤੇ ਔਰਤਾਂ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ, ਇਸ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਸੱਭਿਆਚਾਰ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ।